ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਜੀ। ਆਓ ਪੁੱਛ ਲੈਂਦੇ ਬਾਈ ਤੁਹਾਡੇ ਅੱਜ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ? ਵਧੀਆ ਹਾਂਜੀ ਹਾਂਜੀ, ਬਹੁਤ ਵਧੀਆ ਵਧੀਆ ਚੱਲਦਾ ਕੰਮ ਕਰ। ਹਾਂਜੀ ਹਾਂਜੀ ਵਧੀਆ ਚੱਲਦਾ ਜੀ। ਠੀਕ ਆ ਬਾਈ, ਵਪਾਰ ਦਾ ਕੰਮ ਵੀਰੇ? ਹਾਂਜੀ ਆਪਣਾ ਵਪਾਰ ਦਾ ਕੰਮ ਹੈ ਜੀ। ਬੱਚੀਆਂ ਦੇ ਖਾਸ ਕਰ? ਹਾਂਜੀ ਬੱਚੀਆਂ ਦਾ ਵੀ ਆਪਣੇ ਕੋਲੇ, ਆਪਾਂ ਗਾਈਆਂ ਵੀ ਲੈ ਲੈਂਦੇ ਜੀ। ਗਾਵਾਂ ਵੀ ਲੈ ਲੈਂਦੇ? ਹਾਂਜੀ ਸਾਰੇ ਤਰ੍ਹਾਂ ਦੀਆਂ ਬਾਈ? ਹਾਂਜੀ ਹਾਂਜੀ ਸਾਰੇ ਤਰ੍ਹਾਂ ਦੀਆਂ। ਹਾਂਜੀ ਹਾਂਜੀ ਠੀਕ ਆ ਬਾਈ। ਰੂਟੀਨ ਚ ਆਉਂਦੀਆਂ ਨੇ ਬੱਚੀਆਂ ਬੱਚੀਆਂ ਆਪਣੇ ਕੋਲੇ? ਹਾਂਜੀ ਹਾਂਜੀ ਰੂਟੀਨ ਚ ਜੀ। ਗੱਬਣ? ਹਾਂਜੀ ਗੱਬਣ ਵੀ ਆ ਜਾਂਦੀ ਜੀ। ਠੀਕ ਹੈ, ਹਿੱਪਰ ਵੀ ਆ ਜਾਂਦੀ? ਹਾਂਜੀ। ਤੇ ਦਵਾ ਵੀ ਦਿੰਦੇ ਬਾਈ? ਹਾਂਜੀ ਦਵਾ ਵੀ ਦਿੰਦੇ ਜੀ। ਠੀਕ ਆ ਬਾਈ, ਨਾਮ ਤੇ ਐਡਰੈਸ ਬੋਲ। ਮੇਰਾ ਨਾਂ ਜੀ ਇਮਰਾਨ ਖਾਨ ਆ ਜੀ, ਪਿੰਡ ਸਾਡਾ ਦਿਆਲਪੁਰਾ ਮਿਰਜਾ ਜੀ, ਜ਼ਿਲ੍ਹਾ ਬਠਿੰਡਾ ਜੀ, ਤਹਿਸੀਲ ਫੂਲਾ ਜੀ। ਨੇੜੇ ਪਿੰਡ ਬਾਈ? ਨੇੜੇ ਪਿੰਡ ਜੀ, ਜਿਵੇਂ ਆਪਣੇ ਭਗਤਾ ਭਾਈਕਾ ਨਸਾਣਾ ਜੀ, ਇਹ ਆਪਣੇ ਨੂੰ ਏਰੀਆ ਲੱਗਦਾ ਜੀ, ਭਗਤਾ ਭਾਈਕਾ ਫੂਲ ਵੀ ਆਪਣੇ ਨੂੰ ਨੇੜੇ ਪੈਂਦਾ ਜੀ। ਠੀਕ ਆ ਬਾਈ, ਮੋਬਾਈਲ ਨੰਬਰ ਬੋਲ। 8246-6411 ਜੀ। ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਟਾਪ ਕਲਾਸ, ਕਿੰਨੀ ਉਮਰ ਹੈ ਜੀ ਇਹਦੀ? ਜੀ ਹੈਗੀ 17 ਮਹੀਨੇ ਦੀ ਉਮਰ ਹੈ ਜੀ। ਦੋ ਦੰਦ ਬੱਚੀ ਆਈ ਹੈ? ਦੋ ਦੰਦ ਬੱਚੀ, 17 ਮਹੀਨੇ ਦੀ ਉਮਰ। ਹਾਂਜੀ। ਕਿਹੜੇ ਟੀਕੇ ਦੀ ਹੈ ਇਹ ਜੀ? ਡੈਨਮਾਰਕ ਦੀ ਹੈ ਜੀ। ਡੈਨਮਾਰਕ? ਹਾਂਜੀ। ਅੱਗੇ ਨੰਬਰ ਤਾਂ ਨਹੀਂ ਪਤਾ ਕਿਹੜਾ ਬਾਈ? ਇਹ 40132 ਦੀ ਹੈ ਜੀ। 40132 ਦੀ? ਹਾਂਜੀ, ਆਪਾਂ ਇਹਦਾ ਰਿਕਾਰਡ ਵੀ ਦੇਵਾਂਗੇ ਜੀ, ਇਹਦੀ ਮਾਂ ਦਾ ਰਿਕਾਰਡ ਵੀ ਹੈਗਾ ਜੀ ਆਪਣੇ ਕੋਲੇ, 40 ਪਲੱਸ ਦੀ ਬੱਚੀ ਆਈ ਹੈ। ਠੀਕ ਆ। ਹਾਂਜੀ 40 ਪਲੱਸ ਦੀ ਮਾਂ ਥੱਲੇ ਦੋ ਤੁਸੀਂ ਬਾਈ, ਖੋਲੋ ਬਾਈ ਤੋਰੇ। ਹਾਂਜੀ ਫੁੱਲ ਕਰਦਾ ਬਾਈ, ਸਮੀ ਪਲੀਆ ਰਾਜੀ ਹੈ, ਲੰਮੀ ਲੰਮੀ ਬਹੁਤ, ਪ੍ਰਿੰਟ ਬੜਾ ਚੰਗਾ, ਝੋਲੀ ਵੀ ਦਿਖਾਵਾਂਗੇ ਨੇੜ ਤੋਂ। ਮਾਂ ਦਾ ਦੁੱਧ ਵੀ ਚੰਗਾ, ਚੰਗੇ ਸੀਵਣ ਦੀਆਂ ਫੇਸ ਦੇਖੋ, ਫੇਸ ਬੜਾ ਚੰਗਾ, ਬੋਦੀਬਾਦੀ ਚੰਗੀ ਆ, ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਆ, ਬਾਕੀ ਤੂਰਾ ਤਰਾ ਵੀ ਚੰਗਾ ਹੈਗਾ। ਟੀਕੇ ਦੇ ਤਕਰੀਬਨ ਕਾਬਲ ਹੀ ਆ ਹਨਾ? ਹਾਂਜੀ ਟੀਕੇ ਦੇ ਕਾਬਲ ਆ ਜੀ। ਝੋਲੀ ਬਹੁਤ ਚੰਗੀ ਆ ਹਨਾ? ਚਾਰ ਹੀ ਥਾਣਾ ਜੀ, ਆਪਾਂ ਗਾਰੰਟੀ ਨਹੀਂ, ਚਾਰ ਹੀ ਥਾਣਾ ਜੀ। ਕੋਈ ਪੰਜਵਾਂ ਥਾਣ ਨਹੀਂ, ਕੋਈ ਫੋਟ ਨਹੀਂ, ਛਾਂਗ ਨਹੀਂ, ਸਮੀ ਪਲੀ ਬੱਚੀ ਆ, ਫੇਸ ਦੇਖੋ ਬਈ, ਕਰਮ ਵਾਲੀ ਦਾ ਫੇਸ ਬੜਾ ਚੰਗਾ, ਬੋਦੀਬਾਦੀ ਬਹੁਤ ਚੰਗੀ ਆ, ਸਨੱਖ ਪੁਣਾ ਬੈਡ ਦੇ ਵਿੱਚ ਬਹੁਤ ਆ ਬਈ। ਕੀ ਮੁੱਲ ਆ ਬਈ ਜਾਇਜ਼ ਦਾ? ਆਪਾਂ ਜੀ ਜਾਇਜ਼ ਮੁੱਲ ਇਹਦਾ ਹੈਗਾ ਜੀ 42,000 ਰੁਪਇਆ ਜੀ। ਕੋਈ ਗੱਲ ਨਹੀਂ ਜੀ, ਮਾਨਤਾਨ ਜ਼ਰੂਰ ਕਰਦਾ ਜੀ। ਠੀਕ ਆ ਬਈ, 42,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੁਫ਼ਤ ਤੇ ਜ਼ਰੂਰ ਹੋ ਜੂਗਾ। ਚੰਗੀ ਆ ਬੱਚੀ, ਸਮੀ ਪਲੀ ਆ, ਟੀਕ ਦੇ ਤਕਰੀਬਨ ਕਾਬਲੀ ਆ। ਅੱਗੇ ਵੀਰੇ ਦੋ ਨੰਬਰ। ਹਾਂਜੀ ਇਹ ਜਰਸੀ ਦਾ ਕ੍ਰੋਸ ਆ ਜੀ, ਪੰਜਾਬ ਦੀ ਜਰਸੀ ਆ ਜੀ। ਠੀਕ ਆ। ਹਾਂਜੀ ਇਹ ਖੀਰੀ ਆ ਜੀ। ਖੀਰੀ ਆ ਦੰਦਾ? ਹਾਂਜੀ ਜਰਸੀ ਆ, ਪੰਜਾਬ ਵਾਲੀ, ਕਾਫੀ ਕਲਰ ਆ ਨਾ? ਹਾਂਜੀ ਕਾਫੀ ਕਲਰ ਆ, ਕਾਫੀ ਜਿਹਾ ਕਲਰ ਆ ਬਾਈ। ਉਹ ਟੀਕੇ ਦੇ ਕਾਬਲ ਆ ਨਾ? ਹਾਂਜੀ ਉਹ ਟੀਕੇ ਦੇ ਕਾਬਲ ਆ ਜੀ, ਉਹ ਠੰਡੀ ਸੀਲ ਆ ਜੀ। ਠੰਡੀ ਸੀਲ ਆ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਕੋਈ ਚੱਕਰ ਨਹੀਂ, ਝੋਲੀ ਚੰਗੀ ਆ? ਹਾਂਜੀ ਝੋਲੀ ਚੰਗੀ ਆ ਜੀ। ਠੀਕ ਆ, ਚਾਰ ਹੀ ਥਾਣਾ ਜੀ, ਇਹਦੇ ਵੀ ਚਾਰ ਥਾਣਾ। ਝੋਲੀ ਚੰਗੀ ਆ, ਕੱਲਾ ਕੱਲਾ ਥਾਣ, ਪੂਰੀ ਵਿੱਚ ਦੇ ਥਾਣਾ, ਖੋਲੋ ਬਾਈ ਤੁਰ। ਹਾਂਜੀ ਕੱਦ ਵੱਡ ਚੰਗਾ, ਚੰਗੀ ਆ ਬਾਈ, ਜਰਸੀ ਆ, ਕਾਫੀ ਕਲਰ, ਫੇਸ ਬੜਾ ਚੰਗਾ, ਟੂਆ ਟੂਆ ਚੰਗਾ ਗਾ। ਕਿਹੜੇ ਸੀਮਣ ਦੀ ਆ ਭਰਾ ਹੈ ਇਹ ਜੀ? ਆਪਣੇ ਪੰਜਾਬ ਦੀ ਜਰਸੀ, ਇਹਦੇ ਸੀਮਣ ਨੇ ਸਾਨੂੰ ਦੱਸਿਆ ਜੀ ਉਹਨਾਂ ਨੇ, ਜਿਨ੍ਹਾਂ ਤੋਂ ਆਪਾਂ ਲਈ ਆਈ, ਇਹ ਫਾਰਮ ਚੋਂ ਆਈਆਂ ਜੀ। ਫਾਰਮ ਚੋਂ ਆਈਆਂ? ਹਾਂਜੀ। ਮਾਂ ਦਾ ਦੁੱਧ ਬਾਈ? ਇਹਦੇ ਮਾਂ ਦਾ ਦੁੱਧ ਜੀ, 22 ਲੀਟਰ ਦੁੱਧ ਦਿੱਤਾ ਜੀ। 22 ਲੀਟਰ? ਹਾਂਜੀ। ਰਿਕਾਰਡ ਆ ਬਾਈ, ਚੰਗੀ ਆ ਬੱਚੀ, ਸਮੇਂ ਬਲੀ ਆ, ਰਾਜੀ ਆ, ਤੋਰਾ ਤਾਰਾ ਚੰਗਾ, ਚਮਕ ਬੱਚੀ ਤੇ ਬਹੁਤ ਆ ਨਾ, ਝੋਲੀ ਕਮਾਲ ਦੀ ਆ, ਕੱਲਾ ਕੱਲਾ ਥਾਣਾ ਲੈ, ਪੂਰੀ ਵਿੱਚ ਦੇ ਥਾਣ ਲੱਗਿਆ। ਮੁੱਲ ਕੀ ਵੀਰੇ ਜਾਇਜ਼? ਇਹ ਜੋੜਾ ਹੀ ਦੇਣਾ ਜੀ ਆਪਾਂ, ਦੋ ਬੱਚੀਆਂ ਜੀ ਇਹ। ਠੀਕ ਆ, ਇਹ ਦੋਨੇ ਇਕੱਠੀਆਂ ਹੀ ਦੇਣੀਆਂ ਜੀ। ਬਹੁਤ ਠੀਕ ਆ, ਦੂਜੇ ਨੰਬਰ ਵਾਲੀ ਬਾਈ ਖੋਲ ਦੋ। ਹਾਂਜੀ ਇਹ ਵੀ ਖੀਰੀ ਆ ਜੀ। ਉਮਰ ਸੇਮ ਜੀ ਵੀ ਲੱਗਦੀ ਆ ਨਾ ਉਮਰ ਇਹਨਾਂ ਦੀ? ਇਹਦੀ ਜੀ ਹੈਗੀ 11 ਮਹੀਨਿਆਂ ਦੀ ਉਮਰ, ਉਹ ਸਾਲ ਦੀ ਜੀ, ਉਹ ਸਾਲ ਦੀ ਆ। ਠੀਕ ਆ ਬਾਈ। ਹਾਂਜੀ ਕੱਦ ਬਾਈ ਸੇਮ ਆ, ਖੋਲ ਦੇ ਬਾਈ ਤੋਰ ਦੇ ਕੋਈ। ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ? ਇਹਦੀ ਮਾਂ ਦਾ ਦੁੱਧ ਹੈਗਾ ਜੀ 25 ਲੀਟਰ ਦੀ ਗਰੰਟੀ ਆ ਜੀ। ਲੀਟਰ? ਫੇਸ ਦੇਖੋ, ਫੇਸ ਬੜਾ ਪਿਆਰਾ, ਚਮਕ ਫੁੱਲ ਆ ਬਈ, ਪੂਰਾ ਤਾਰਾ ਚੰਗਾ, ਜੈੱਡ ਬਲੈਕ ਆ ਜੀ, ਕੱਲੀ ਪੂਛ ਜੈੱਡ ਬਲੈਕ ਆ, ਹਾਂ ਥੋੜੀ ਪੂਛ ਚਿੱਟੀ ਆ, ਵੈਸੇ ਜੈੱਡ ਬਲੈਕ ਆ। ਝੋਲੀ ਦੇਖੋ ਬਈ, ਝੋਲੀ ਕਮਾਲ ਦੀ ਆ, ਕੱਲਾ ਕੱਲਾ ਥਾਣ, ਪੂਰੀ ਵਿੱਤੀ ਦੇ ਥਾਣ। ਮੁੱਲ ਕੀ ਆ ਫਿਰ ਜੋੜੇ ਦਾ? ਇਹ ਜੋੜੇ ਦਾ ਮੁੱਲ ਜੀ ਆਪਾਂ 30,000 ਰੁਪਇਆ ਜੀ। 30,000 ਰੁਪਇਆ ਮਾਨਤਾਨ ਹੋ ਜੂ? ਹਾਂਜੀ ਮਾਨਤਾਨ ਹੋ ਜੂਗਾ ਜੀ ਮੌਕੇ ਤੇ।
30,000 ਰੁਪਈਆ ਮੁੱਲ ਆ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਏ। ਚੰਗੀ ਹੈ ਵੱਛੀ, ਸੁਨੱਖੀ ਹੈ, ਕੱਦ ਵੀ ਚੰਗਾ, ਉਮਰ ਵੀ ਛੋਟੀ ਹੈ, ਗਰੋਥ ਹਜੇ ਕਰਮਣੀ ਨੇ ਹੋਰ ਕਰ ਲੈਣੀ। ਅੱਗੇ ਵੀਰੇ ਲਾਸਟ, ਕਿੰਨੀ ਉਮਰ ਹੈ ਇਹਦੀ? ਇਹ ਹੈਗੀ ਆਪਣੇ ਸਾਲ ਤੋਂ ਉੱਪਰ ਆਈ, 13 ਮਹੀਨਿਆਂ ਦੀ ਬੱਚੀ ਆਈ ਇਹ। 13 ਮਹੀਨਿਆਂ ਦੀ ਉਮਰ? ਹਾਂਜੀ, ਇਹਨੇ ਮੰਨ ਕੇ ਤੁਸੀਂ ਖੀਰੀ ਮੰਨੋ, ਇਹਨੇ ਇੱਕ ਦੰਦ ਸਿੱਟਿਆ ਜੀ। ਇੱਕ ਦੰਦ ਸਿੱਟਤਾ? ਹਾਂਜੀ। ਕਿੰਨਾ ਦੁੱਧ ਸੀ ਮਾਂ ਥੱਲੇ? ਇਹਦੀ ਮਾਂ ਦੇ ਥੱਲੇ ਸੀਗਾ ਜੀ 28-29 ਕਿਲੋ ਦੁੱਧ। 28-29 ਕਿਲੋ? ਹਾਂਜੀ। ਫੇਸ ਬੜਾ ਚੰਗਾ, ਕੱਦ ਚੰਗਾ, ਚੰਗੀ ਆ, ਸਮੀ ਭਲੀ ਆ ਬੱਚੀ। ਝੋਲੀ ਵੀ ਦਿਖਾਵਾਂਗੇ ਨੇੜ ਤੋਂ, ਮਾਂ ਦਾ ਰਿਕਾਰਡ ਵੀ ਚੰਗਾ। ਕਿਹੜੇ ਸੀਮਨ ਦੀ ਆ ਭਰਾ ਇਹ? ਇਹ ਸੀਮਨ ਤਾਂ ਉਹਨਾਂ ਨੇ ਦੱਸਿਆ ਨੀ, 50-140 ਇਹੋ ਜਿਹਾ ਕੁਛ ਕਹਿੰਦੇ ਸੀਗੇ ਜੀ ਉਹ। ਅੱਛਾ ਅੱਛਾ। ਹਾਂਜੀ, ਕੰਨ ਦੇਖੋ ਜੀ, ਕੰਨ ਜਮਾ ਹੀ ਛੋਟਾ ਜਿਹਾ ਜੀ। ਸਹੀ ਗੱਲ ਆ, ਬੱਚੀ ਚੰਗੀ ਆ ਬਈ, ਮਾਂ ਦਾ ਰਿਕਾਰਡ ਚੰਗਾ, ਚੰਗੇ ਸੀਮਨ। ਜਿਹੜੇ ਲੋਕ ਆ ਪੂਰੀ ਸਾਫ ਆ। ਇੱਕ ਵੀਰ ਬੰਦੇ ਲੋਕ ਹੋਰ ਕਹਿੰਦੇ ਗੁਲਾਬੀ ਥਾਣਾ ਵਾਲੀ ਚਾਹੀਦੀ ਆ, ਗੁਲਾਬੀ ਥਾਣਾ ਜੀ ਇਹਦੇ। ਗੁਲਾਬੀ ਥਾਣਾ ਹਨਾ। ਹਾਂਜੀ। ਤੇ ਮੁੱਲ ਕੀ ਆ ਭਰਾ ਜਾਇਜ਼ ਦਾ? ਇਹਦਾ ਮੁੱਲ ਜੀ 17,000 ਰੁਪਇਆ ਜੀ ਮਾਨਤਾਨ। ਹਾਂਜੀ, ਹੋ ਜੂਗਾ ਜੀ ਮੌਕੇ ਤੇ। 17,000 ਰੁਪਇਆ ਮੁੱਲ ਆ ਮਾਨਤਾਨ, ਜ਼ਰੂਰ ਹੋ ਜੂ। ਮੁੱਲ ਜਾਇਜ਼ ਆ, ਬੱਚੀ ਚੰਗੀ ਆ, ਸਮੀ ਪਲੀ ਆ, ਝੋਲੀ ਬਹੁਤ ਚੰਗੀ ਆ, ਫੇਸ ਬੜਾ ਪਿਆਰਾ, ਬੋਦੀ ਬਾਦੀ ਬਹੁਤ ਚੰਗੀ ਆ, ਸੁਨੱਖ ਗੁਣਾ ਬੱਚੀ ਦੇ ਵਿੱਚ ਬਈ ਬਹੁਤ ਆ। ਸਿਹਤ ਵੀ ਟੀਕਾ ਲੈ ਲਓ ਹਨਾ ਬਸ। ਹਾਂਜੀ ਹਾਂਜੀ ਹਾਂਜੀ। ਜੇ ਵੀਰੇ ਕੋਈ ਚਾਰੋਂ ਇਕੱਠੀਆਂ ਲਵੇ ਚੰਗਾ ਮਾਨਤਾਨ ਕਰੋਗੇ? ਹਾਂਜੀ ਜ਼ਰੂਰ ਹੋਊਗਾ ਜੀ ਉਹਦਾ। ਆਪਾਂ ਆ ਦੇਖੋ ਜੀ, ਆ ਬੱਚੀ ਦੇ ਹੁਣ ਵੀ ਇੰਨਾ ਆਰਡਰ ਹੁਣ ਵੀ ਪੱਟਿਆ ਹੋਇਆ ਜੀ ਇਹਦਾ। ਝੋਲੀ ਪੱਟੀ ਬੈਠੀ ਆ? ਹਾਂਜੀ। ਲੈ ਬਾਈ, ਗੱਬੜਾ ਵਾਂਗੂ ਝੋਲੀ ਦਿਖਾਉਂਦੀ ਹੈ, ਕਿਆ ਬਾਤ ਆ। ਓਕੇ। ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ, ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ ਵੀਰੇ।